ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ? ਠੀਕ ਠਾਕ ਹੋ? ਬਈ ਬਹੁਤ ਨਜ਼ਾਰਾ ਆ ਰਿਹਾ ਚੁਣਾਵ ਲੜਨ ਦਾ, ਔਰ ਰੋਜ਼ਾਨਾ ਵਾਹਿਗੁਰੂ ਦੀ ਬਹੁਤ ਅਪਾਰ ਕਿਰਪਾ ਹੋ ਰਹੀ ਹੈ, ਬਹੁਤ ਅਪਾਰ ਕਿਰਪਾ ਹੋ ਰਹੀ ਹੈ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਵੇਂ ਅਕਾਲੀ ਦਲ ਡਰਿਆ ਹੋਇਆ ਹੈ, ਕਿਵੇਂ ਅਕਾਲੀ ਦਲ ਡਰਿਆ ਹੋਇਆ। ਰੋਜ਼ ਸੁਖਬੀਰ ਸਿੰਘ ਬਾਦਲ, ਮੈਨੂੰ ਤਾਂ ਲੱਗਦਾ ਲੂਜ਼ ਮੋਸ਼ਨ ਲੱਗੇ ਹੋਏ ਆ ਸੁਖਬੀਰ ਸਿੰਘ ਬਾਦਲ ਨੂੰ, ਕਿਉਂ ਰਾਜੇ ਵੜਿੰਗ ਤੋਂ ਬਿਨਾਂ ਹੋਰ ਕੋਈ ਹਲਕਾ ਦਿਖਦਾ ਨਹੀਂ ਹੈ। ਤੇ ਜੇ ਨਹੀਂ ਰਾਜੇ ਵੜਿੰਗ ਤੋਂ ਘਬਰਾਈ ਜਾਂਦਾ ਮੇਰੇ ਬਾਈ, ਤੇ ਆਪ ਹੀ ਚੋਣ ਲੜ ਲੈਣੀ ਸੀ। ਔਰ ਭਰਾ ਮੇਰਿਆ, ਮੈਂ ਪਹਿਲਾਂ ਵੀ ਕਿਹਾ ਸੀ ਕਿ ਇੰਨਾ ਵਿਹਲਾ ਹੋ ਗਿਆ ਹੈ ਕਿ ਕੱਲ ਫੇਰ ਆਇਆ ਸੀ ਗਿੱਦੜਵੇ ਸਰਦਾਰ ਸੁਖਬੀਰ ਸਿੰਘ ਬਾਦਲ, ਤੇ ਇੱਕ ਬਹੁਤ ਵੱਡੇ ਲੀਡਰ ਨੂੰ ਪਾਰਟੀ ਜੁਆਇਨ ਕਰਾ ਕੇ ਗਿਆ, ਜਿਹੜਾ 20 ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਜੁਆਇਨ ਕਰਕੇ ਆਇਆ ਸੀ। ਤੇ ਸਾਰੇ ਗਿੱਦੜਬਾਂ ਨੂੰ ਪਤਾ ਹੈ ਕਿ ਰਘਬੀਰ ਸਿੰਘ ਪ੍ਰਧਾਨ 10 ਸਾਲ ਉਹਨੇ ਰਾਜੇ ਵੜਿੰਗ ਦੀ ਮਦਦ ਨਹੀਂ ਕੀਤੀ, 10 ਸਾਲ, ਤੇ ਉਹਨੂੰ ਜੁਆਇਨ ਕਰਕੇ ਆਪਣੇ ਆਪ ਨੂੰ ਕਿਉਂ ਗੁੰਮਰਾਹ ਕਰ ਰਹੇ ਹੈ? ਤੇ ਕੌਣ ਸਲਾਹਕਾਰ ਹੈ ਜਿਹੜੇ ਇਹ ਕਹਿ ਰਹੇ ਕਿ ਤੂੰ ਬਹੁਤ ਵੱਡਾ ਤੁਸੀਂ ਤੀਰ ਮਾਰ ਕੇ ਆਏ ਹੋ ਕਿ ਰਘਬੀਰ ਪ੍ਰਧਾਨ ਨੂੰ ਜੁਆਇਨ ਕਰਾਉਣਾ, ਮਤਲਬ ਮੈਨੂੰ ਕੋਈ ਫਰਕ ਨਹੀਂ ਹੈ, ਉਹ ਤੁਹਾਡੀ ਰੈਪੂਟੇਸ਼ਨ ਨੂੰ ਫਰਕ ਹੈ। ਲੋਕ ਇਹ ਕਹਿੰਦੇ ਇਹ ਤਾਂ ਪਹਿਲਾਂ ਹੀ ਜੁਆਇਨ ਸੀ, ਰੋਜ਼ ਤਾਂ ਪ੍ਰਕਾਸ਼ ਸਿੰਘ ਬਾਦਲ ਨਾਲ ਇਹਦੀਆਂ ਫੋਟੋਆਂ ਆਈਆਂ ਸੀ, ਅਮਰਿੰਦਰ ਸਿੰਘ ਨਾਲ ਇਹਦੇ ਤੇ ਗਾਣਾ ਬਣਾਤਾ ਲੋਕਾਂ ਨੇ, ਤੇਰਾ ਯਾਰ ਤਿਤਲੀਆਂ ਵਰਗਾ ਕਦੇ ਉਸ ਫੁੱਲ ਤੇ ਕਦੇ ਉਸ ਫੁੱਲ ਤੇ। ਸੋ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਬੇਸ਼ੱਕ ਹੁਣ ਤੁਸੀਂ ਸਾਰੇ ਬਾਦਲ ਇਕੱਠੇ ਹੋ ਗਏ ਹੋ, ਪਰ 100 ਬਾਦਲ ਹੋਰ ਇਕੱਠੇ ਹੋ ਜਾਓ ਫੇਰ ਵੀ ਰਾਜੇ ਵੜਿੰਗ ਦਾ ਬਾਲ ਬਾਂਕਾ ਨਹੀਂ ਕਰ ਸਕਦੇ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜਿੰਨੇ ਬਾਦਲ ਇਕੱਠੇ ਹੋਣਗੇ ਉਹਨਾਂ ਰਾਜਾ ਵੜਿੰਗ ਜ਼ਿਆਦਾ ਵੋਟਾਂ ਨਾਲ ਜਿੱਤੂਗਾ। ਔਰ ਮੇਰੀ ਬੇਨਤੀ ਹੈ, ਅਜੇ 7 ਦਿਨ ਹੋਰ ਪਏ ਹੈ ਵੋਟਾਂ 'ਚ, 3-4 ਗੇੜੇ ਮੇਰਾ ਭਰਾ ਹੋਰ ਮਾਰ ਤੇ ਰਾਜਾ ਵੜਿੰਗ ਓਨੀ ਵੱਡੀ ਲੀਡ ਨਾਲ ਜਿੱਤੂਗਾ। ਤੇ ਮੈਂ ਇਹ ਬੇਨਤੀ ਕਰਾਂਗਾ ਕਿ ਹੋਰ ਵੀ ਸਾਡੇ ਕੋਲ ਬੰਦੇ ਹੈਗੇ ਆ ਕਈ ਜੁਆਇਨ ਕਰਨ ਵਾਲੇ, ਉਹ ਭੇਜ ਦਿੰਦੇ ਆ ਤੁਹਾਡੇ ਵੱਲ ਜਿਹੜਾ ਮਾਲ ਚਾਹੀਦਾ। ਜੇ ਇਹੋ ਜਿਹੇ ਮਾਲ ਨਾਲ ਹੀ ਸੁਖਬੀਰ ਸਿੰਘ ਬਾਦਲ ਖੁਸ਼ ਹੋ ਰਿਹਾ ਹੈ ਕਿ ਬਹੁਤ ਹੀਰਾ ਪੱਟ ਕੇ ਲੈ ਗਏ, ਫੀਡਬੈਕ ਤਾਂ ਲੈ ਲਾ। ਐਡਾ ਐਡਾ ਭਰਾ ਮੇਰਿਆ, ਐਡਾ ਵੱਡਾ ਲੀਡਰ ਰਿਹਾ ਹੈ ਤੇ ਆਪਣੇ ਬੰਦੇ ਫੀਡਬੈਕ ਨਹੀਂ ਕੋਈ ਦਿੰਦੇ? ਸੋ ਜਿਹੜੀ ਭਰਾਵਾਂ ਦੀ ਯਾਰੀ ਪਈ ਹੈ ਨਾ ਨਵੀਂ, ਇਸੇ ਯਾਰੀ ਨੇ ਰਾਜੇ ਵੜਿੰਗ ਨੂੰ ਜਿਤਾਉਣਾ ਹੈ। ਜਿਹੜੇ ਮੇਰੇ ਨਾਲ ਗੁੱਸੇ ਗਿਲੇ ਸੀਗੇ ਲੋਕਾਂ ਦੇ, ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਬਾਦਲ ਵਾਲੇ ਇਕੱਠੇ ਹੋ ਗਏ ਹੈ ਤੇ ਰਾਜੇ ਵੜਿੰਗ ਨੂੰ ਇੱਕ ਸਧਾਰਨ ਪਰਿਵਾਰ ਦੇ ਮੁੰਡੇ ਨੂੰ ਰੋਕਣਾ ਚਾਹੁੰਦੇ ਹੈ ਵੀ ਅਗਰ ਇਹ ਨਾ ਰੁਕਿਆ ਤਾਂ ਕਿਤੇ ਸਾਡੇ ਘਰ ਤੱਕ ਨਾ ਪਹੁੰਚੇ। ਪਹੁੰਚਣਾ ਤਾਂ ਹੈਗਾ, ਇਸ ਤੋਂ ਬਾਅਦ ਬਾਈ ਤਿਆਰ ਹੋ ਜਾ, ਆਪਾਂ ਫੇਰ ਲੜਨਾ। 2024 ਆਉਣ ਵਾਲਾ, ਮਾਰਚ ਤੋਂ ਬਾਅਦ 1.5-2 ਸਾਲ ਰਹਿ ਗਿਆ, ਫਿਰ ਪਾਰਲੀਮੈਂਟ ਦੀਆਂ ਚੋਣਾਂ, ਲੜਨਾ ਸਾਡੀ ਆਦਰਣੀ ਹਰਸਿਮਰਤ ਕੌਰ ਬਾਦਲ ਜੀ ਨਾਲ ਦੁਆਰੇ ਚੁਣਾਵ, ਤੇ ਤਿਆਰੀ ਰੱਖਿਓ ਤੇ ਦੱਬ ਕੇ ਜ਼ੋਰ ਲਾ ਲਿਓ। ਇਹ ਨਾ ਹੋਵੇ ਜ਼ੋਰ ਚ ਕਮੀ ਰਹਿ ਗਏ, ਜੇ ਨੱਪੀ ਦਾ ਤਾਂ ਨੱਪ ਲਾ ਬਾਈ, ਨਹੀਂ ਤਾਂ ਆ ਗਿਆ 2024, ਇਦੋਂ ਬਾਅਦ ਵਾਰੀ ਤੇਰੀ ਹੈ। ਸੋ ਕੋਈ ਪਰਵਾਹ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਦੱਬ ਕੇ। ਕੱਲ ਮੈਨੂੰ ਕਿਸੇ ਨੇ ਦੱਸਿਆ ਜਦੋਂ ਆਪਣਾ ਦੋਸਤੋ ਉੱਥੇ ਜਲਸਾ ਹੋ ਰਿਹਾ ਸੀ ਤੇ ਧੌਣਾ ਮੋੜ ਮੋੜ ਕੇ ਕਾਰ ਚੋਂ ਵੇਖਦਾ ਸੀ ਮੇਰਾ ਭਰਾ। ਤੋ ਕੋਈ ਗੱਲ ਨਹੀਂ, ਮੈਨੂੰ ਪਤਾ ਬੱਸਾਂ ਫੜੀਆਂ ਦਾ ਗੁੱਸਾ ਹੈ ਮੇਰੇ ਭਰਾ ਨੂੰ ਕਿ ਬੱਸਾਂ ਬਹੁਤ ਫੜੀਆਂ ਮੇਰੀਆਂ, ਪਰ ਇੰਨਾ ਵੀ ਨਹੀਂ ਗੁੱਸਾ ਕਰਦੇ ਤੂੰ, ਤੁਸੀਂ ਵੀ ਤਾਂ ਲੋਕਾਂ ਦੀਆਂ ਬਹੁਤ ਬੱਸਾਂ ਫੜੀਆਂ ਯਾਰ, ਕੋਈ ਛੱਡਿਆ ਹੀ ਨਹੀਂ ਗਾ ਲੋਕਾਂ ਨੂੰ ਦਬਾਉਣ ਦੀ ਗੱਲ, ਸਾਡੇ ਵਰਗੇ ਤਾਂ ਤੁਸੀਂ ਕਈ ਦਬਲਣ ਦੀ ਕੋਸ਼ਿਸ਼ ਕੀਤੇ। ਹਾਂ, ਸੋ ਕੋਈ ਗੱਲ ਨਹੀਂ ਯਾਰ, ਇੰਨੇ ਸਾਲਾਂ ਬਾਅਦ, 50 ਸਾਲਾਂ ਬਾਅਦ ਤਾਂ ਕਿਸੇ ਨੇ ਬੱਸ ਫੜੀ ਹੈ, ਇੰਨਾ ਕਾਹਨੂੰ ਗੁੱਸਾ ਕਰਦੇ ਮੇਰੇ ਬਾਈ। ਸੋ ਦੱਬ ਕੇ ਜ਼ੋਰ ਲਾ ਲਓ ਤੇ ਰਾਤ ਨੂੰ ਮੀਟਿੰਗ ਕਰ ਲਿਓ ਸਾਰੇ ਭਰਾ ਇਕੱਠੇ ਹੋ ਕੇ ਵੀ ਕਿਵੇਂ ਹਰਾਉਣਾ, ਜਿਵੇਂ ਰੋਜ਼ ਵਿਉਂਤ ਬਣਾਉਣੇ ਆ ਨਾ ਕਿ ਮੈਂ ਤੇਰੀ ਉੱਥੇ ਮਦਦ ਕਰ ਦਿੰਦਾ, ਤੂੰ ਮੇਰੀ ਇੱਥੇ ਕਰ ਦੇ। ਇਹ ਜਨਤਾ ਬਾਈ ਜਾਣ ਚੁੱਕੀ ਹੈ ਤੇ ਲੰਬੀ ਚ ਵੀ ਠੋਕਣਾ ਤੁਹਾਨੂੰ, ਤੇ ਜਿੱਥੇ ਜਿੱਥੇ ਬਾਦਲ ਲੜਨਗੇ ਉੱਥੇ ਉੱਥੇ ਬਾਦਲਾਂ ਨੂੰ ਜਨਤਾ ਭਜਾਊਗੀ। ਤੇ ਮੇਰੀ ਬੇਨਤੀ ਹੈ ਜਿੱਥੇ ਜਿੱਥੇ ਬਾਦਲ ਲੜੇ ਉੱਥੇ ਉੱਥੇ ਬਾਦਲਾਂ ਨੂੰ ਭਜਾਓ, ਜੇ ਪੰਜਾਬ ਬਚਾਉਣਾ, ਜੇ ਪੰਜਾਬ ਬਚਾਉਣਾ ਉੱਥੇ ਉੱਥੇ ਬਾਦਲਾਂ ਨੂੰ ਭਜਾਓ। ਤੇ ਮਿਲਦੇ ਹਾਂ ਸਰਦਾਰ ਸੁਖਬੀਰ ਸਿੰਘ ਬਾਦਲ, 2024 ਚ ਫਿਰ ਲੜਾਂਗੇ ਤੁਹਾਡੇ ਨਾਲ ਚੁਣਾਵ, ਤੇ ਉਡੀਕੂੰਗਾ ਕਿ ਨੈਕਸਟ ਗਿੱਦੜਬਾ ਕਦੋਂ ਆ ਰਹੇ ਹੋ ਤੇ ਕਿਹੜੀ ਤੋਪ ਨੂੰ ਰਲਾ ਰਹੇ ਹੋ। ਮੈਂ ਤਾਂ ਪਿਛਲੀ ਵਾਰੀ ਵੀ ਕਿਹਾ ਸੀ
कि जाता भाई मेरा इन्ना वेला हो गया कि उन्हों होर कोई ज्वाइन ही नहीं करता और रघुबीर प्रधान नू ज्वाइन कराना है ते जा डरे ही इन्ना बैठा भी यार ए मुंडा ना जित जे मुड़ के फिर की बनूंगा। सो कोई गल नहीं, रब राखा साडा। किसी ने लिखा चढ़दे सूरज ढलदे वेखे, बुझदे दीवे बलदे वेखे, जिन्हां दा ना रब ते कोई जग ते कोई ओ भी पुत्तर पलदे वेखे, तेरी रहमत दे सदका बंदे पानी उत्ते चलदे वेखे। लोकी कहंदे दाल ना गलदी, मैं तां पत्थर भी गलदे वेखे, मैं तां पत्थर भी गलदे कहते। सत श्री अकाल, जय हिंद, ज्यौंदे रहो, ध्यान रखियो।